ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਾਈਕ ਅੱਜ ਦਾ ਆਪਣਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਕਿ ਜੇਕਰ ਤੁਹਾਡਾ ਕੋਈ ਕੰਮ ਨੇਪਰੇ ਨਹੀਂ ਚੜਦਾ ਪਿਆ ਤਾਂ ਉਸ ਲਈ ਕੀੜੀਆਂ ਦੇ ਪੌਂਤੇ ਪਾਓ ਇਹ ਇੱਕ ਚੀਜ਼ ਤੇ ਉਥੋਂ ਲੈ ਆਓ ਇਹ ਇੱਕ ਚੀਜ਼ ਉਸ ਤੋਂ ਪਹਿਲਾਂ ਸਾਰਿਆਂ ਕੀ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖੋ ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰੋ ਫਿਰ ਆਓ ਜਾਣਦੇ ਆਪਣੇ ਸਭ ਦੇ ਗਿਲੇ ਸ਼ਿਕਵੇ ਹੁੰਦੇ ਨੇ ਕਿ ਸਾਡਾ ਫਲਾਣਾ ਕੰਮ ਨਹੀਂ ਬੰਦਦਾ ਕੋਈ ਕੰਮ ਸਿਰੇ ਚੜਦਾ ਚੜਦਾ ਹੀ ਰੁਕ ਜਾਂਦਾ ਜੇਕਰ ਪੁੱਤ ਧੀ ਦਾ ਰਿਸ਼ਤਾ ਕਰਨ ਜਾਈਏ ਕੋਈ ਨਾ ਕੋਈ ਅੜਚਨ ਪੈ ਜਾਂਦੀ ਇਹ ਉਹ ਨਾ ਕਰ ਜਾਂਦੇ ਨੇ ਜਾਂ ਸਾਨੂੰ ਕਰਨੀ ਪੈ ਜਾਂਦੀ ਜਿਸ ਕਾਰਨ ਕਾਰਜ ਸਗਾਰਥੀ ਨਹੀਂ ਆਉਂਦੇ ਪੂਰੀ ਵਿਉਂਤ ਨਾਲ ਕੰਮ ਸ਼ੁਰੂ ਕਰੀਦਾ ਪਰ ਕੁਝ ਦਿਨਾਂ ਬਾਅਦ ਮਾੜਾ ਹੀ ਪਾਣਾ ਵਾਪਰਦਾ ਤੇ ਫਿਰ ਸਾਡਾ ਮਨ ਵੀ ਦੁਖਦਾ ਤੇ ਨਿਰਾਸ਼ਾ ਵੀ ਜ਼ਿੰਦਗੀ ਵਿੱਚ ਆਉਂਦੀ ਫਿਰ ਕੀ ਕੀਤਾ ਜਾਵੇ ਪਰਮਾਤਮਾ ਕਹਿੰਦੇ ਸ਼ਬਦ ਰੂਪੀ ਗਿਆਨ ਦਿੱਤਾ ਪੜ ਤੇ ਜ਼ਿੰਦਗੀ ਸਵਾਰ ਤੇ ਨਾਲ ਤੂੰ ਇਹ ਕੰਮ ਕਰ ਜੋ ਵੀ ਇਸ ਤਰ੍ਹਾਂ ਤੇ ਜਿਸਨੇ ਜਨਮ ਲਿਆ ਸਭ ਪਰਮਾਤਮਾ ਨੇ ਬਣਾਇਆ ਜੋ ਸਾਹ ਲੈ ਸਕਦਾ ਹੈ ਉਹ ਸਭ ਉਸ ਆਕਾਲ ਪੁਰਖ ਨੇ ਬਣਾਇਆ ਤੇ ਪਰਮਾਤਮਾ ਨੇ ਹਰ ਚੀਜ਼ ਨੂੰ ਇੱਕ ਦੂਜੇ ਦੇ ਨਾਲ ਜੋੜ ਕੇ ਭੇਜਿਆ ਪਸ਼ੂ ਪੰਛੀ ਇਹ ਬੇਜਬਾਨ ਹੁੰਦੇ ਨੇ ਪਰ ਕਹਿੰਦੇ ਨੇ ਇਹਨਾਂ ਦੀ ਅਸੀਸ ਮਨੁੱਖ ਨੂੰ ਤਾਰ ਦੇਂਦੀ ਪਰਮਾਤਮਾ ਬਹੁਤ ਖੁਸ਼ ਹੁੰਦੇ ਨੇ ਜਦੋਂ ਆਪਾਂ ਕਿਸੇ ਹੋਰ ਲਈ ਕੁਝ ਕਰਦੇ ਜਦੋਂ ਆਪਾਂ ਕਿਸੇ ਹੋਰ ਦੀ ਮਾਫ਼ੜਦੇ ਵੀ ਕਿਸੇ ਹੋਰ ਦੀ ਬਾਫ਼ੜਦੇ ਤੇ ਮੈਂ ਪਰਮਾਤਮਾ ਕਹਿੰਦੇ ਹੁਣ ਇਹਦੀ ਮਾਫ਼ੜਨੀ ਮੈਂ ਇਹਦੀ ਲਾਜਪਤ ਵੀ ਟੱਕਣੀ ਐ ਤੇ ਇਹਦੇ ਹਮੇਸ਼ਾ ਔਟ ਆਸਰਾ ਵੀ ਬਣ ਕੇ ਰਹਿਣ ਜੋ ਪੰਛੀ ਚਿੜੀਆਂ ਨੇ ਕਰੋ ਰੋਜ਼ ਇੱਕ ਮੁੱਠ ਚੋਲੀ ਕੱਢਦੇ ਇੱਕ ਕੋਲਾ ਪਾਣੀ ਰੱਖ ਦਿੰਦਾ ਕੀੜੀਆਂ ਖੋਲ ਇੱਕ ਮੁੱਠ ਆਟਾ ਤੇ ਖੰਡ ਰਲਾ ਕੇ ਪਾਉਂਦਾ ਜੀ ਕੋਈ ਪਸ਼ੂ ਜ਼ਖਮੀ ਤੇ ਨਿੰਮ ਦੇ ਪਾਣੀ ਨਾਲ ਧੋ ਦਿੰਦਾ ਇਹ ਹੁੰਦਾ ਹੈ ਦੂਜੇ ਦੇ ਸਾਹਾਂ ਦੀ ਕਦਰ ਸਮਝਣੀ ਆਪਣੇ ਵੱਡੇ ਬਜ਼ੁਰਗ ਕੀ ਕਰਦੇ ਸੀ ਵੀ ਜੋ ਘੜਾ ਟੁੱਟ ਜਾਂਦਾ ਸੀ ਚਪੜੀਆਂ ਪਾਸੇ ਰੱਖ ਤੇ ਜਿਹੜਾ ਥਲੜਾ ਹਿੱਸਾ ਸੀ ਉਹਦੇ ਵਿੱਚ ਪਾਣੀ ਪਾ ਰੋਖ ਛਾਤ ਤੇ ਐਵੇਂ ਦੀ ਥਾਂ ਰੱਖ ਦਿੰਦੇ ਸੀ ਵੀ ਦਿਸੇ ਉਹਨਾਂ ਨੂੰ ਰੋਟੀ ਵੰਡ ਬਣਾਉਂਦੇ ਸੀ ਵੀ ਕਾਂ ਜਿਹੜੀ ਬਿੱਲੀ ਕੁੱਤਾ ਇਹਨਾਂ ਚੋਂ ਕੋਈ ਵੀ ਆਵੇ ਤਾ ਉਹਨੂੰ ਰੋਜ਼ ਪਾઈએ ਰੋਟੀ ਬਣਾਉਣ ਤੋਂ ਬਾਅਦ ਜੋ ਤੂੜਾ ਪੜੇਥਨ ਬਚਦਾ ਸੀ ਉਹਨੂੰ ਡੰਗਰਾਂ ਨੂੰ ਜਾ ਕੇ ਪਾਉਂਦੇ ਸੀ ਵੀ ਇਹਨਾਂ ਦਾ ਵੀ ਹਿੱਸਾ ਹੈ ਖਰਚ ਤੇ ਕਰੋ ਕੋਈ ਖਾਲੀ ਨਹੀਂ ਸੀ ਜਾਂਦਾ ਸਭ ਦਾ ਢਿੱਡ ਭਰ ਕੇ ਤੋਰਦੇ ਸੀ ਫਿਰ ਦੱਸੋ ਬਰਕਤ ਤਾਂ ਉੱਥੇ ਆਉਣੀ ਹੀ ਆਉਣੀ ਸੀ ਰੋਟੀਆਂ ਬਣਾਉਣੀਆਂ ਤੇ ਜਵਾਕਾਂ ਨੂੰ ਨਿੱਕੀਆਂ ਨਿੱਕੀਆਂ ਗਰਾਈਆਂ ਕਰਕੇ ਦੇਣੀਆਂ ਲੈ ਵੀ ਜਾ ਦੁਕਾਨੋਂ ਪਾਇਆ ਲੈ ਤੂੰ ਚਿੜੀ ਨੂੰ ਪਾਇਆ ਵੀ ਛੋਟੇ ਹੁੰਦੇ ਤੋਂ ਚੰਗੇ ਪਾਸੇ ਲਾਉਣਾ ਵੰਡ ਖਾਣ ਤੇ ਸੇਵਾ ਦੀ ਭਾਵਨਾ ਪੈਦਾ ਕਰਨਾ ਪਰ ਅੱਜ ਆਪਾਂ ਤੇ ਰੋਟੀਆਂ ਵੀ ਗਿਣ ਕੇ ਬਣਾਉਣੇ ਵੇ ਇੰਨੀਆਂ ਖਾਣੀਆਂ ਨੇ ਤੇ ਇੰਨੀ ਥੋੜ ਜAVE ਭਵੇਂ ਪਰ ਜਾਦੀ ਨਹੀਂ ਬਣਾਉਂਦੇ ਪਸ਼ੂ ਪੰਛੀ ਜਨੋਰਾ ਨੂੰ ਚੋਗਾ ਪੋਣਾ ਪਾਣੀ ਪਿਉਣਾ ਇਹ ਭਲੇ ਪੁਰਖੋ ਬਹੁਤ ਵੱਡੀ ਸੇਵਾ ਹੈ ਮਨ ਵਿੱਚ ਬਸ ਇਹ ਸੋਚੋ ਕਿ ਮੈਂ ਕਿਸੇ ਦੀ ਭੁੱਖ ਮਿਟਾਉਣੀ ਰਾਤ ਨੂੰ ਕਈ ਵਾਰ ਬਹੁਤ ਰੋਟੀਆਂ ਬਚ ਜਾਂਦੀਆਂ ਛੋਟੀਆਂ ਛੋਟੀਆਂ ਗਰਾਈਆਂ ਕਰੋ ਤੇ ਐਵੇਂ ਦੀ ਥਾਂ ਪਾਓ ਜਿੱਥੇ ਆਸਾਨੀ ਨਾਲ ਕੋਈ ਆ ਕੇ ਜਨੌਰ ਖਾ ਸਕੇ ਕਿ ਕਿ ਐਵੇਂ ਅਨ ਦਾ ਵੀ ਸਤਕਾਰ ਕੀਤਾ ਵੀ ਉਹਨੂੰ ਆਪਾਂ ਵਿਅਰਥ ਨਹੀਂ ਗਵਾਇਆ ਕਈ ਲੋਕ ਡਸਟਬਿਨਾਂ 'ਚ ਪਾ ਦਿੰਦੇ ਨੇ ਫਿਰ ਉਹ ਜਦੋਂ ਅਨ ਦਾ thresਕਾਰ ਕਰਦੇ ਨੇ ਤੇ ਅਨ ਉਹਨਾਂ ਨੂੰ ਬਦਵਾਵਾ ਦਿੰਦਾ ਤੇ ਫਿਰ ਅਨ ਉਹ ਤੋਂ ਆਪ ਹੀ ਚਲਾ ਜਾਂਦਾ ਜਿੱਥੋਂ ਅਨ ਗਿਆ ਰਿਜ ਗਿਆ ਤੇ ਪੈਸਾ ਆਪਣੇ ਆਪ ਹੀ ਚਲਾ ਜਾਂਦਾ ਉੱਥੇ ਦੁੱਖ ਤੇ ਰੋਗ ਹੀ ਆਉਂਦੇ ਉਹ ਰੋਟੀ ਨੂੰ ਕਿਸੇ ਨੂੰ ਜਿਹੜੀ ਆਪਾਂ ਰੋਟੀ ਹੁਣ ਰਾਤ ਦੀ ਬਚੀ ਪਈ ਸੀ ਉਹਦੇ ਛੋਟੀਆਂ-ਛੋਟੀਆਂ ਗਰਾਈਆਂ ਕੀਤੀਆਂ ਤੇ ਐਵੇਂ ਦੀ ਥਾਂ ਪਾਤਾ ਇੱਕ ਅਨ ਦਾ ਸਤਕਾਰ ਹੋ ਗਿਆ ਤੁਜਾ ਰੋਟੀ ਨੇ ਕਿਸੇ ਨੂੰ ਜੀਵਨਦਾਨ ਦਿੱਤਾ ਕਿਸੇ ਖਾਧ ਦੀ ਤੈਨੂੰ ਜੀਵਨ ਨਹੀਂ ਮਿਲਿਆ ਨਾ ਤੁਹਾਡੇ ਵੱਲੋਂ ਕੀਤਾ ਇਹ ਕੰਮ ਤੁਹਾਡੇ ਸਾਰੇ ਦੁੱਖ ਹਰ ਲਵੇਗਾ ਪਹਿਲਾਂ ਘਰਾਂ ਵਿੱਚ ਨਾ ਵੱਦ ਸੁਲੋਕ ਪਿਆਰ ਕਿਉਂ ਹੁੰਦਾ ਸੀ ਬਰਕਤ ਕਿਉਂ ਹੁੰਦੀ ਸੀ ਉਹ ਕਰੋ ਕੋਈ ਖਾਲੀ ਨਹੀਂ ਸੀ ਜਾਂਦਾ ਹਰ ਇੱਕ ਦਾ ਢਿੱਡ ਭਰ ਕੇ ਤੋਰਦੇ ਸੀ ਹਰ ਥਾਂ ਤੋਂ ਕੁਝ ਨਾ ਕੁਝ ਜਿਉ ਕਿਸੇ ਨੂੰ ਕੁਝ ਪਾਉਂਦੇ ਵੀ ਸੀ ਨਾ ਤਾਂ ਹਰ ਥਾਂ ਤੋਂ ਕੁਝ ਨਾ ਕੁਝ ਸਿੱਖਦੇ ਵੀ ਸੀ ਜੋ ਕਿੜੀਆਂ ਨੂੰ ਮੁੱਠ ਆਟਾ ਤੇ ਖੰਡ ਜਾਂ ਆٹے ਦੇ ਵਿੱਚ ਚੱਕਰ ਕੁਝ ਵੀ ਰਲਾ ਕੇ ਉਹ ਪਾ ਕੇ ਆਏ ਨੇ ਨਾ ਤਾਂ ਉਥੋਂ ਇਹ ਵੀ ਸਿੱਖਦੇ ਸੀ ਵੀ ਇਹਨਾਂ ਦੇ ਵਿੱਚ ਪਾਈਚਾਰਾ ਕਿੰਨਾ ਹੈ ਇਹ ਇੱਕ ਸਭ ਇਕੱਠੀਆਂ ਖਾਂਦੀਆਂ ਨੇ ਨਾਲ ਦੀਆਂ ਨੂੰ ਵੀ ਉਥੋਂ ਤੱਕ ਲੈ ਕੇ ਆਉਂਦੀਆਂ ਨੇ ਵੀ ਮੇਰੇ ਨਾਲ ਚੱਲ ਮੈਂ ਉਥੋਂ ਟਿੱਡ ਭਰਿਆ ਤੇ ਤੂੰ ਵੀ ਉਥੋਂ ਪਰ ਇੰਨਾ ਏਕਾ ਹੁੰਦਾ ਪਿਆਰ ਸਿਖਾਉਂਦੀਆਂ ਕਾਂ ਨੂੰ ਰੋਟੀ ਦਾ ਟੁਕ ਪਾਈਏ ਨਾ ਉਹ ਕਾਂ ਕਾਂ ਕਰਕੇ ਆਪਣੇ ਸਾਰੇ ਲਾਣੇ ਨੂੰ ਉੱਤੇ ਸੱਦ ਲੈਂਦਾ ਵੀ ਆਓ ਵੀ ਇੱਕ ਤੇ ਰੋਟੀ ਦਾ ਟੋਕੇ ਮਿਲ ਕੇ ਆਪਾਂ ਢਿੱਡ ਭਰ ਲਵਾਂਗੇ ਤੇ ਕਹਿੰਦੇ ਕਾਂ ਉਸ ਕਰ ਨੂੰ ਦੁਆਵਾ ਵੀ ਦਿੰਦਾ ਹੈ ਵੀ ਜੇ ਇਸ ਕਰ ਨੇ ਮੇਰਾ ਢਿੱਡ ਭਰਿਆ ਉਹ ਹਮੇਸ਼ਾ ਆਬਾਦ ਰਹੇ ਜਿਵੇਂ ਕਾਂ ਚਿੜੀਆਂ ਕੀੜੀਆਂ ਵਿੱਚ ਇੰਨਾ ਇਕ ਹੈ ਫਿਰ ਆਪਾਂ ਵੀ ਇਥੋਂ ਕੁਝ ਸਿੱਖੀਏ ਇਹ ਜਿਹੜਾ ਚੋਗਾ ਆਟਾ ਦਾਣਾ ਆਪਾਂ ਪਾਉਨੇ ਆ ਨਾ ਤਾਂ ਇਹ ਗੁਣ ਉਥੋਂ ਜ਼ਰੂਰ ਚੋਕੇ ਲਾਇਆ ਕਰੋ ਜਿਵੇਂ ਕਾਂ ਚਿੜੀਆਂ ਸਿਆਣੇ ਨੇ ਆਪਾਂ ਵੀ ਜ਼ਿੰਦਗੀ ਵਿੱਚ ਬਣੀਏ ਤੇ 80% ਦੁੱਖ ਤਾਂ ਐਵੇਂ ਗਾਇਬ ਹੋ ਜਾਣਗੇ। ਬਾਕੀ ਇਹ ਬੇਜਬਾਨਾਂ ਦੀ ਅਸੀਸ ਆਪਾਂ ਨੂੰ ਤਾਰ ਤਵੇ ਕਿ ਜਿਸ ਘਰੋਂ ਕੋਈ ਖਾਲੀ ਨਹੀਂ ਜਾਂਦਾ ਉਥੇ ਬਰਕਤ ਵਾਸ ਕਰਦੀ। ਜਿੱਥੇ ਕੋਈ ਆਸ ਨਾਲ ਆਵੇ ਉਸ ਘਰ ਫਿਰ ਹਰੇਕ ਉਹਦੀ ਆਸ ਤੇ ਮੁਰਾਦ ਵੀ ਪੂਰੀ ਹੁੰਦੀ। ਉਸ ਘਰ ਰੰਗ ਭਾਗ ਵੀ ਲੱਗਦੇ। ਨਾ ਤਾਂ ਉਹਦੇ ਘਰ ਕਦੀ ਅੰਨ ਦੀ ਤੋਟ ਹੁੰਦੀ ਕਿਉਂਕਿ ਪਰਮਾਤਮਾ ਨੂੰ ਪਤਾ ਹੈ ਵੀ ਇਹ ਦੇਂਦਾ ਕਿਸੇ ਦਾ ਢਿੱਡ ਭਰਦਾ ਤੇ ਮੈਂ ਇਹਦਾ ਢਿੱਡ ਭਰਨਾ ਫਿਰ ਪਰਮਾਤਮਾ ਉਹ ਤੇ ਅਨੰਤ ਧਨ ਦੀ ਕਦੇ ਤੋਟ ਨਹੀਂ ਆਉਣ ਦਿੰਦੇ ਆਪਾਂ ਸਭ ਨੂੰ ਚਾਹੀਦਾ ਕਿ ਬੂਹੇ ਅੱਗੇ ਪਾਣੀ ਜ਼ਰੂਰ ਰੱਖੀ ਕੁੱਤਾ ਹੋਵੇ ਬਿੱਲੀ ਹੋਵੇ ਕੋਈ ਪੰਛੀ ਪੰਛੂ ਪੰਛੀ ਆਵੇ ਤਾਂ ਪਾਣੀ ਪੀਵੇ ਆਪਾਂ ਗੁਰਬਾਣੀ ਪੜ੍ਹਦੇ ਉਹਦੇ ਵਿੱਚ ਵੀ ਆਉਂਦਾ ਨਾ ਪਹਿਲਾਂ ਪਾਣੀ ਜੀ ਹੋਇ ਜਿਤ ਹਰਿਆਸਬ ਕੋਈ ਪਾਣੀ ਜੀਵਨ ਤੇ ਕਿਸੇ ਨੂੰ ਜੀਵਨ ਦਵਾਂਗੇ ਫਿਰ ਪਰਮਾਤਮਾ ਵੀ ਆਪਣੀ ਬਾਫੜਨਗੇ ਆਪਣੇ ਘਰੋਂ ਗਿਆ ਘੁੱਟ ਪਾਣੀ ਮੁੱਠ ਦਾਣਾ ਜੀ ਕਿਸੇ ਦੇ ਜੀਵਨ ਦਾਤ ਬਣ ਸਕਦਾ ਤਾਂ ਫਿਰ ਸੋਚੋ ਪਰਮਾਤਮਾ ਸਾਡੇ ਤੋਂ ਕਿੰਨੇ ਰਾਜੀ ਹੋਣਗੇ ਤੇ ਹਰ ਕੰਮ ਵੀ ਫਿਰ ਸਿਰੇ ਚੜੇਗਾ ਬਸ ਇੱਕ ਮੁੱਠ ਆਟਾ ਹੀ ਤਾਂ ਹੈ ਪਰ ਇਹ ਆਟਾ ਸੋਚੋ ਵੀ ਆਪਣੇ ਭਾਗ ਬਦਲ ਸਕਦਾ ਜਦੋਂ ਕੋਲੀ ਭਰੋ ਨਾ ਆਟੇ ਦੀ ਤਾਂ ਇਹੀ ਪਰਮਾਤਮਾਗੇ ਅਰਦਾਸ ਕਰਿਓ ਪਰਮਾਤਮਾ ਭਿੱਜੀ ਦਾ ਵੇਦ ਨਾਲ ਢਿੱਡ ਭਰੇ ਉਹਦਾ ਵੀ ਭਲਾ ਕਰੀ ਤੇ ਪੌਣ ਵਾਲੇ ਦਾ ਵੀ ਭਲਾ ਕਰੀ ਤੇ ਦਸਵੰਦ ਰੂਪ ਵਿੱਚ ਰੋਜ਼ ਆਪਣੇ ਘਰੋਂ ਜਾ ਰਿਹਾ ਤੇ ਜਿੱਥੋਂ ਦਸਵੰਦ ਕੱਢਿਆ ਜਾਂਦਾ ਹੈ ਉਥੇ ਬਰਕਤ ਆਪਵਾਸ ਕਰਦੀ ਪਹਿਲਾਂ ਬੀਪੀਆਂ ਨਾ ਗੁਰੂ ਘਰ ਜਾਂਦੀਆਂ ਸਨ ਤਾਂ ਨਾਲ ਆਟਾ ਲੈ ਕੇ ਜਾਂਦੀਆਂ ਸਨ ਕਾਲਜ ਆਪਣਾ ਹਿੱਸਾ ਜੋ ਖਾਣ ਦਾ ਹਿੱਸਾ ਸੀ ਉਹ ਦਸਵੰਦ ਰੂਪ ਦੇ ਵਿੱਚ ਗੁਰੂ ਘਰ ਦੇ ਕਿਉਂਦੀਆਂ ਸਨ ਵੀ ਘਰ ਦਾ ਆਂਦਾ ਹਿੱਸਾ ਲੰਗਰ ਵਿੱਚ ਜਾਵੇ ਕਿਸੇ ਦਾ ਢਿੱਡ ਭਰੇ ਤੇ ਉਹ ਸਾਨੂੰ ਅਸੀਸ ਦੇਵੇ ਤੇ ਅਨ ਤੇ ਤਨ ਹਮੇਸ਼ਾ ਕਰ ਰਵੇ ਇਹ ਵੀ ਤਾਂ ਕਿਸੇ ਦਾ ਆਪਾਂ ਢਿੱਡੀ ਭਰ ਰਿਆਂ ਜੇਕਰ ਆਪਾਂ ਰੋਜ਼ ਕਰੋ ਕੀੜੀਆਂ ਨੂੰ ਜਨੋਰਾ ਨੂੰ ਕਿਸੇ ਨੂੰ ਆਪਾਂ ਪਾਉਂਨੇ ਆ ਤਉਨਾ ਦਾ ਵੀ ਤਾਂ ਢਿੱਡ ਭਰਿਆ ਜਾਂਦਾ ਤੇ ਪ੍ਰਮਾਤਮਾ ਜੋ ਨੇ ਉਹਨਾਂ ਆਪਕੇ ਵੀ ਗਰੀਬ ਦਾ ਮੂੰਹ ਹੀ ਮੇਰੀ ਗੌਲਕ ਤੇ ਜਦੋਂ ਆਪਾਂ ਕਿਸੇ ਦਾ ਢਿੱਡ ਭਰਦੇ ਪਿਆ ਫਿਰ ਪ੍ਰਮਾਤਮਾ ਆਪਣੇ ਅੰਨ ਦੇ ਧੰਦੇ ਭੰਡਾਰ ਕਿਵੇਂ ਖਾਲੀ ਰੱਖਣਗੇ ਉਹ ਹਮੇਸ਼ਾ ਭਰ ਕੇ ਰੱਖਦੇ ਤੇ ਚੰਗੀ ਸੋਝੀ ਦੇ ਪ੍ਰਮਾਤਮਾ ਆਪਣੇ ਨਾਲ ਲਿਵ ਵੀ ਜੋੜਦੇ ਜੇ ਕਦੀ ਵੀ ਲੱਗੇ ਵੀ ਮੇਰਾ ਕੰਮ ਨੇਪਰੇ ਨਹੀਂ ਚੜਦਾ ਪਿਆ ਜਾਂ ਮੈਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਆਉਂਦੀ ਤਾਂ ਇਹ ਤਰੀਕਾ ਇਹ ਜੁਗਤ ਜ਼ਰੂਰ ਆਪਣਾ ਕਿਉਂਕਿ ਜਦੋਂ ਆਪਾਂ ਕਿਸੇ ਦੀਆਂ ਅਸੀਸਾਂ ਇਕੱਠੀਆਂ ਕਰ ਲੈਨੇ ਆ ਨਾ ਤੇ ਕਹਿੰਦੇ ਅਸੀਸਾਂ ਦਵਾਈਆਂ ਤੋਂ ਵੀ ਜ਼ਿਆਦਾ ਕਾਰਾਗਰ ਹੁੰਦੀਆਂ ਉਹ ਜ਼ਿਆਦਾ ਲੱਗਦੀਆਂ ਫਿਰ ਆਓ ਇਹ ਛੋਟੀ ਜੀ ਜੁਗਤ ਜੋ ਰੋਜ਼ ਆਪਾਂ ਕਰੀਏ ਤੇ ਪਰਮਾਤਮਾ 'ਗੇ ਅਰਦਾਸ ਕਰੀਏ ਪਰਮਾਤਮਾ ਆਪ ਨਾਲ ਵੀ ਜੋੜੋ ਤੇ ਸ਼ਬਦ ਰੂਪੀ ਗਿਆਨ ਵੀ ਤੋ ਜੋ ਐਵੇਂ ਕਰੇਗਾ ਫਿਰ ਪਰਮਾਤਮਾ ਆਪੇ ਹਰ ਤਰ੍ਹਾਂ ਤੋਂ ਉਹਦੇ ਘਰ ਸੁਖ ਪ੍ਰਦਾਨ ਕਰਨਗੇ ਧੀਆਂ ਪੁੱਤ ਦੇ ਚੰਗੇ ਰਿਸ਼ਤੇ ਵੀ ਹੋਣਗੇ ਕਾਰੋਬਾਰ 'ਚ ਵੀ ਬਰਕਤ ਆਏਗੀ ਘਰ ਵੀ ਪਿਆਰ ਹੋਏਗਾ ਤੇ ਹਰ ਕੰਮ ਦਾ ਨੇਪਰੇ ਚੜੇਗਾ ਕਿਉਂਕਿ ਪ੍ਰਮਾਤਮਾ ਵਿੱਚ ਆਪ ਸਹਾਇ ਹੋਣਗੇ